देशवा पर मोहे हैं, शुभ कर्मन्ते कभो ना डरूं, न डरूं और सोच अब चाय लड़ूं, निश्चय कर अपनी जीत करूं। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਖਾਸ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਤੁਸੀਂ ਇਸ ਪ੍ਰੋਗਰਾਮ ਦੇ 328 ਭਾਗ ਵੇਖ ਚੁੱਕੇ ਅਤੇ 329 ਨੰਬਰ ਲੈ ਕੇ ਅਸੀਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਸਾਰੀਆਂ ਹੀ ਸੰਸਾਰ ਭਰ ਦੀਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਹੜੇ ਇਸ ਲੜੀਵਾਰ ਪ੍ਰੋਗਰਾਮ ਨੂੰ ਦੇਖਦੇ ਅਤੇ ਪਸੰਦ ਕਰਦੇ ਹਨ। ਖਾਸ ਕਰਕੇ ਧੰਨਵਾਦ ਕਰਦੀ ਹਾਂ ਸਤਿਕਾਰ ਜੁਗਵੀਰ ਜੀ, ਰਣਜੀਤ ਸਿੰਘ ਰਾਣਾ ਜੀ ਦਾ, ਜਿਹੜੇ ਇਸ ਪ੍ਰੋਗਰਾਮ ਨੂੰ ਬੜੀ ਮਿਹਨਤ ਦੇ ਨਾਲ ਆਪ ਸੰਗਤਾਂ ਦੇ ਸਾਹਮਣੇ ਪੇਸ਼ ਕਰਦੇ ਹਨ। ਕਿਉਂਕਿ ਇੱਕ ਪ੍ਰੋਗਰਾਮ ਤਾਂ ਚਾਹੇ ਅੱਧੇ ਘੰਟੇ ਦਾ ਹੁੰਦਾ, ਪਰ ਇਹਦੇ ਪਿੱਛੇ ਰਿਸਰਚ ਜਿਹੜੀ ਕਰਨੀ ਪੈਂਦੀ ਹੈ, ਉਹ ਕਾਫੀ ਗ੍ਰੰਥਾਂ ਨੂੰ ਜਿਹੜਾ ਵਾਚਣਾ ਪੈਂਦਾ ਅਤੇ ਫਿਰ ਜਿਹੜੀ ਆਪ ਜੀ ਦੇ ਸਾਹਮਣੇ ਪ੍ਰੋਗਰਾਮ ਨੂੰ ਪੇਸ਼ ਕੀਤਾ ਜਾਂਦਾ। ਵੀਰ ਜੀ ਨੂੰ ਜੀ ਆਖਦੇ ਹਾਂ, ਸਵਾਗਤ ਕਰਦੇ ਹਾਂ, ਗੁਰੂ ਫਤਿਹ ਸਾਂਝੀ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕਰਦੀ ਹਾਂ ਉਹਨਾਂ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੋਇਆ, ਅਤੇ ਵੈਸੇ ਵੀ ਜਿਹੜੇ ਪ੍ਰੋਗਰਾਮ ਸੁਣਦੇ ਨੇ ਹੋਰ ਵੀ ਭੈਣ ਭਰਾ, ਉਹ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਜ਼ਰੂਰ ਕਰਵਾ ਸਕਦੇ। ਸਪੋਂਸਰ ਕਰਾਉਣ ਵਾਸਤੇ ਤੁਹਾਨੂੰ ਸੰਗਤ ਸਟੂਡੀਓ ਵਿੱਚ ਫੋਨ ਕਰਨਾ ਪਵੇਗਾ। ਨੰਬਰ ਹੈ 01213691380। ਇਸ ਨੰਬਰ 'ਤੇ ਤੁਸੀਂ ਫੋਨ ਕਰ ਸਕਦੇ ਹੋ, ਕਿਉਂਕਿ ਸੰਗਤ ਟੈਲੀਵਿਜ਼ਨ ਨੂੰ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਹੈ। ਕਿਉਂਕਿ ਇਹ ਭਾਈਚਾਰਕ ਪ੍ਰੋਗਰਾਮ ਕਹਿ ਲਈਏ, ਲੈ ਕੇ ਆਉਂਦੇ ਅਸੀਂ ਸਿੱਖੀ ਦੇ ਵਿੱਚ ਜਿਹੜੀ ਸਿਧਾਂਤ ਆ, ਉਸ ਸਹੀ ਸਿਧਾਂਤ ਜਿਹੜਾ ਆਪ ਸਾਹਮਣੇ ਪੇਸ਼ ਕਰ ਰਹੇ ਆ ਸੰਗਤ ਟੈਲੀਵਿਜ਼ਨ 'ਤੇ। ਨਾਲ ਹੀ ਨਾਲ ਅੱਜ ਦਾ ਸਵਾਲ ਵੀਰ ਜੀ ਮੇਰਾ ਇਹ ਕਿ ਪਿਛਲੇ ਐਪੀਸੋਡ ਵਿੱਚ ਤੁਸੀਂ ਦੱਸਿਆ ਕਿ ਜਦੋਂ ਵਜ਼ੀਰ ਪਰਮਾਨੰਦ ਅਨੰਦਪੁਰ ਸਾਹਿਬ ਰਹਿ ਰਿਹਾ ਸੀ, ਉਸ ਸਮੇਂ ਉਹ ਜਿਹੜਾ ਬਾਈ ਧਾਰ ਦੀਆਂ ਜਿਹੜੀਆਂ ਰਿਆਸਤਾਂ ਸੀ, ਉਹਨਾਂ ਨੇ ਖਾਲਸਾ ਪੰਥ ਦੇ ਨਾਲ ਕੁਝ ਚਿਰ ਉਹਨਾਂ ਦੀ ਸਾਂਝ ਤਾਂ ਬਣੀ ਰਹੀ, ਪਰ ਅੰਦਰੋਂ ਅੰਦਰੀ ਉਹ ਆਪਣੀ ਪਲੈਨਿੰਗ ਵੀ ਕਰ ਰਹੇ ਸੀ ਕਿ ਕਿਸ ਤਰ੍ਹਾਂ ਜਿਹੜਾ ਸੀ ਗੁਰੂ ਸਾਹਿਬ ਜੀ ਦੇ ਨਾਲ ਅਸੀਂ ਉਹਨਾਂ ਦੇ ਵਿਰੁੱਧ ਜਿਹੜੇ ਅਸੀਂ ਖੜ੍ਹੇ ਹੋਣਾ। ਕੁਝ ਸਮਾਂ ਪਾ ਕੇ ਕਹਿ ਸਕਦੇ ਹਾਂ ਕਿ ਜਿਹੜੀ ਸਾਂਝ ਸੀ ਉਹ ਜੰਗਾਂ ਯੁੱਧਾਂ ਦੇ ਵਿੱਚ ਬਦਲ ਗਈ। ਪਹਾੜੀ ਰਿਆਸਤਾਂ ਨੇ, ਜਿਹੜੇ ਪਹਾੜੀ ਰਿਆਸਤਾਂ ਦੇ ਰਾਜੇ ਸੀ, ਉਹਨੇ ਵਾਰ ਵਾਰ ਅਨੰਦਪੁਰ ਸਾਹਿਬ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਹਮਲਿਆਂ ਦਾ ਮੁੱਢ ਕਿਵੇਂ ਬੱਝਾ ਕਹਿ ਸਕਦੇ ਹਾਂ, ਉਹਨਾਂ ਨੇ ਕਦੋਂ ਅਤੇ ਕਿਹੜੀ ਘਟਨਾ ਤੋਂ ਜਿਹੜਾ ਸੀ ਹਮਲਾ ਕੀਤਾ, ਇਹਦੇ ਬਾਰੇ ਸੰਗਤਾਂ ਨਾਲ ਸਾਂਝ ਪਾਓ। ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਲੜੀ ਨੂੰ ਜੋੜਿਆ ਅਤੇ ਸਵਾਲ ਕਰਕੇ ਲੜੀ ਨੂੰ ਅਗਾਂਹ ਤੋਰਿਆ। ਅਸਲ 'ਚ ਪਿਛਲੇ ਐਪੀਸੋਡ 'ਚ ਆਪਾਂ ਇਹਦੇ ਨਾਲ ਜੁੜੀ ਹੋਈ ਗੱਲ ਹੀ ਕਰ ਰਹੇ ਸੀ। ਬਿਲਕੁਲ ਬਿਲਕੁਲ ਹਾਂਜੀ, ਕਿ ਵਜ਼ੀਰ ਪਰਮਾਨੰਦ ਜਿਹੜਾ ਸੀ ਰਾਜਦੂਤ ਦੇ ਤੌਰ 'ਤੇ ਆ ਕੇ ਬੈਠਾ, ਉਹ ਤਾਂ ਨੇਕਨੀਤ ਮਨੁੱਖ ਸੀ। ਹਾਂਜੀ, ਪਰ ਜਿਹੜੇ ਬਾਕੀ ਰਾਜ ਦਰਬਾਰ ਦੇ ਦਰਬਾਰੀਏ ਸਨ, ਜਾਂ ਵੱਡੇ ਵੱਡੇ ਜਗੀਰਦਾਰ ਸਨ, ਜਾਂ ਸ਼ਾਹੂਕਾਰ ਸਨ, ਜਾਂ ਜਿਨ੍ਹਾਂ ਦੀ ਪਹੁੰਚ ਸੀ ਰਾਜ ਦਰਬਾਰ ਤੱਕ, ਉਹ ਆਪਣੇ ਸਵਾਰਥਾਂ ਕਰਕੇ ਬੇਈਮਾਨ ਹੋ ਚੁੱਕੇ ਸਨ। ਉਹਨਾਂ ਲਈ ਦੇਸ਼ ਤੇ ਕੌਮ ਦੇ ਹਿੱਤ ਨਹੀਂ ਸਨ, ਉਹਨਾਂ ਲਈ ਆਪਣਾ ਸਵਾਰਥ ਸੀ। ਹਾਂਜੀ, ਤੇ ਸਵਾਰਥੀ ਲੋਕਾਂ ਦੀ ਚੁਗਲੀ ਜੀ ਕਈ ਵਾਰ ਇਤਿਹਾਸ ਨੂੰ ਐਡਾ ਵੱਡਾ ਪੁੱਠਾ ਗੇੜਾ ਦੇ ਦਿੰਦੀ ਆ ਕਿ ਕੌਮਾਂ ਨੂੰ ਕਈ ਕਈ ਸਦੀਆਂ ਖਮਿਆਜੇ ਭੁਗਤਣੇ ਪੈਂਦੇ ਆ। ਹਾਂਜੀ ਹਾਂਜੀ, ਇੱਕ ਸ਼ੇਰ ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ ਪਰ ਸਾਂਝਾ ਕਰ ਲੈਂਦਾ ਜਿੰਨਾ ਕੁ ਹੈ, ਕਿ ਲਵੋ ਨੇ ਖਤਾ ਕੀ ਤੋ ਸਦੀਓ ਨੇ ਸਜ਼ਾ ਪਾਈ। ਜੀ ਜੀ ਜੀ, ਇੱਕ ਲਮਾ ਕਈ ਵਾਰੀ ਗਲਤੀ ਕਰਦਾ, ਛੋਟੀ ਜਿਹੀ ਗਲਤੀ ਹੁੰਦੀ ਆ, ਪਰ ਸਦੀਆਂ ਤੱਕ ਕੌਮਾਂ ਨੂੰ ਉਹਦੀ ਸਜ਼ਾ ਭੁਗਤਣੀ ਪੈਂਦੀ ਹੈ। ਹਾਂਜੀ ਹਾਂਜੀ, ਇਹ ਗੱਲ ਬਿਲਕੁਲ ਜਦੋਂ ਆਪਾਂ ਅਨੰਦਪੁਰ ਦਾ ਤੇ ਬਾਈ ਧਾਰੀਆਂ ਦਾ ਇਤਿਹਾਸ ਦੇਖਦੇ ਹੋ, ਉੱਥੇ ਵੀ ਗੱਲ ਬਿਲਕੁਲ ਸੱਚ ਆ ਜੀ, ਕਿ ਛੋਟੀਆਂ ਛੋਟੀਆਂ ਗਲਤੀਆਂ ਕਈ ਵਾਰੀ ਕੌਮਾਂ ਨੂੰ ਵੱਡੇ ਖਮਿਆਜੇ ਭੁਗਤਣ ਲਈ ਤਿਆਰ ਕਰ ਦਿੰਦੀਆਂ। ਜੇ ਕਦੇ ਬਾਈਧਾਰ ਦੇ ਰਾਜੇ ਜਿਹੜੇ ਆ, ਹਾਂਜੀ ਹਾਂਜੀ, ਅਨੰਦਪੁਰ ਸਾਹਿਬ ਦੇ ਖਿਲਾਫ, ਅਨੰਦਪੁਰ ਸਾਹਿਬ ਦੀ ਵਿਚਾਰਧਾਰਾ ਦੇ ਖਿਲਾਫ ਕਦੇ ਬਾਈਧਾਰ ਦੇ ਰਾਜ ਦਰਬਾਰਾਂ 'ਚ ਚੁਗਲੀਆਂ ਨਾ ਹੁੰਦੀਆਂ, ਰਾਜਿਆਂ ਨੂੰ ਚੁੱਕਣਾ ਨਾ ਆਉਂਦੀ, ਉਹਨਾਂ ਦੀ ਚੁੱਕਣਾ 'ਚ ਨਾ ਆਉਂਦੇ, ਉਹ ਲੋਕ ਸਵਾਰਥੀ ਨਾ ਹੁੰਦੇ, ਉਹਨਾਂ ਮੁਰੇ ਕੌਮੀ ਹਿੱਤ ਪਹਿਲਾਂ ਹੁੰਦੇ, ਤਾਂ ਕਿਤੇ ਇਕੱਠੇ ਹੋ ਕੇ ਅਨੰਦਪੁਰ ਸਾਹਿਬ ਨਾਲ ਤੁਰ ਪੈਂਦੀ ਤਾਂ ਜੀ ਹਿੰਦੁਸਤਾਨ ਦਾ ਇਤਿਹਾਸ ਕੁਛ ਹੋਰ ਹੋਣਾ ਸੀ। ਜੀ ਜੀ, ਜਿਹੜੀ ਸਦੀਆਂ ਲੰਮੀ ਹਿੰਦੁਸਤਾਨ ਨੂੰ ਗੁਲਾਮੀ ਭੁਗਤਣੀ ਪਈ ਹੈ, ਇਹ ਉਦੋਂ ਹੀ ਇਕੱਠੇ ਹੋ ਕੇ ਗੁਲਾਮੀ ਧੋਤੀ ਜਾ ਸਕਦੀ ਸੀ, ਤੇ ਨਾ ਮੁਗਲਾਂ ਤੋਂ ਬਾਅਦ ਫਿਰ ਅੰਗਰੇਜ਼ ਹਿੰਦੁਸਤਾਨ ਤੇ ਕਾਬਜ਼ ਨਹੀਂ ਸੀ ਹੋਣੇ। ਹਾਂਜੀ, ਜੇ ਕਦੇ ਅਸੀਂ ਆਪ ਇੰਨੇ ਤਾਕਤਵਰ ਹੁੰਦੇ ਤੇ ਫਿਰ ਅੰਗਰੇਜ਼ ਵੀ ਹਿੰਦੁਸਤਾਨ ਤੇ ਕਾਬਜ਼ ਨਾ ਹੁੰਦੇ, ਪਰ ਨਿੱਕੀਆਂ ਨਿੱਕੀਆਂ ਗਲਤੀਆਂ ਜਿਹੜੀਆਂ ਸੀ ਉਹਨਾਂ ਨੇ ਪੂਰੇ ਦੇਸ਼ ਨੂੰ
पूरे भारतीय जे कि अंग्रेज ना काबू होंगे तो फिर पूरा भारतीय उप महादीप से जोड़ा से कट्ठा रह सकता दुफाड़ नहीं सोड़े अब हिंदुस्तान पाकिस्तान बंगलादेश वक् वक् देश बने शायद भी ना बनते पर निक्किया निक्किया गलतियां कई बार महसूस नहीं होंगे वो बड़े बड़े खमियाजे कौमों भुगतने पेंदे दुनिया की सब तो वड्डी पावर होना सी भारतवर्ष ने अज नहीं है तो भाईधार दे राजां दियां छोटिया छोटिया गलतियां दे खमियाजे अज पूरे देश नूं भुगतने पै रहे गुरु साहब चेतावनी दिंदे सन वार वार जी जी गुरु साहब ने वार वार जतन किए उन्होंने कोल जा जाके भी जतन किए आप गांह जिक्र करांगे हमलावर हुंदे रहे फिर भी सतगुरु जाके जतन करदे रहे कि आजादी की एक लटा इतों बाली आनंदपुर तो इस जी आजादी की लाट हाथ च लैके तुरपो इस मिसाल हाथ च लैके तुरपो पूरा हिंदुस्तान जाएगा पर नहीं वो लोग स्वार्थी लोग नहीं समझे तो जिहड़ा सारा का सारा काम वगाड़िया स्वार्थियों के स्वार्थ ने चुगलखोरां दी चुगलियां ने उन्हां दी झूठी चुकना ने आनंदपुर ते उन्होंने हमलावर कराया तो इतिहास में एक पुट्ठा गेड़ दिया था जी जी खैर तुसीं इहदा सवाल कीता आ तैयारी कर आनंदपुर हमलावर होना है हुण सिर्फ जदों अंदरों तैयारी करनी शुरू कर दी अपना जिहड़ा राजदूत भेजा सी भी सद लिया परमानंद भी सद लिया उहनूं सगों गुनाहगारां दी लिस्ट च खड़ा कर दिता गया अच्छा। कि तू तो गुरुगढ़ का श्रद्धालु बन गया तू तो गुनाहगार बन गया राजदरबार का तू तो निमखहरा भी बन गया जो उसे खड़ा कर दिता गया तो फिर जो सारे दूजे की चढ़ मच गई जो बंदा एक जोड़न वाला जो बंद सच से खड़ा से जो बंद नेकी खड़ा जो बंद दूरदृष्टि वाला जो बंद देखता कि आने वाले समय च की हो सकता है उन्होंने जो गुनाहगार की लिस्ट खड़ा कर दिता गया तो जो गुनाहगार सन उन्होंने फिर चढ़ मच गई एक गल इतने जी ना दोहरा के कहनी चाहना क्योंकि हिंदुस्तान का नुकसान बहुत ज्यादा स्वार्थी लोगों ने अपने हितों लिए देश के कौम का नुकसान किया अज भी हो रहा जी 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 देश के कौम के हितों का नुकसान स्वार्थी लोग अपने हितों लिए करते अज भी हो रहा है और उदो भी हो रहा है इस करके क्योंकि अज भी हो रहा तो अज भी जो तरीका वरत्या जाता निंदा का जी जी चुगली का चुकना एक प्रापे गंडा और अज का समय तो मैं सोचता प्रापे गंडा उस राज दरबार में बैठ के किया जाता है अज शरेआम शरेआम अखबारों के किया जाता है टैलीविजन तो किया जाता किसी कौम किसी फिरके किसी भाईचारे को पूरी तरह निशाने पर लिया के वो खिलाफ प्रापगंडा शुरू कर दिया जाता है जी जी अज भी वह गल हो रही है तो उहदे नाल देश ते कौम दे जिहड़े हित आ वो नहीं होंदे उहदे नाल किसी स्वार्थी लोगों के हितों की पूर्ति की जाती देश ते कौम दे हितों का नुकसान किया जाता देश ते कौम दे हितों का नुकसान होंदा चुगली निंदा चुकना किसी घर परिवार च हो किसी राज दरबार च हो किसी डेरेदार दे डेरे विच हो नुकसान करती है और जिथे होंदी होंदी उहदा नुकसान पहला करती जहर जिहड़ी आ जिहड़े भांडे च तुसीं रखोगे उहने उस भांडे का पहला नुकसान करना जिहड़े हिरदे च चुगली निकल रही आ निंदा निकल रही आ उहने उस हिरदे का पहला नुकसान करना बाकी बात बाहर जगह करना ही करना है पर उन्होंने पता नहीं लगता होंगे वो मजा लै रहा होंगे कि मैं फलाने बंद डेग रहा मैं फलाने की देखो जी लाती सट तो जिहड़ा निंदा सुन वाला आदि बिरती का भी पता लगता कि वो बिरती दे तामसिक बिरतियां है अजे बिरतियां पूरी तरह सात्विक नहीं बनिया मैं सात्विक बिरतियां की गल करा बर्मिंघम एक बार एक महापुरशा के कोल बैठे से डॉक्टर तारा सिंह आलम जी साडे मित्र उन्होंने नानकसर वाले महापुरश गए तो बैठे इतने तो एक बार किसी बंद का उन्होंने जिक्र किया जो हाजिर नहीं सी आले दुआले बैठे जोड़े उन्होंने श्रद्धालु सन नेड़े की श्रद्धालु बैठे समझ मैं भी बैठा डॉक्टर आलम जी करके आलम जी क्योंकि नेड़ता बड़ी महापुरशा उन्होंने जो आले दुआले बैठे सन उन्होंने जिक्र किया एक बार एक बंद के ना का संतां ने थोड़ा जा बड़े ध्यान अखा मिटिया अखा खोल के बंद ने जिन्हें जिक्र किया बंद का माड़े शब्द जिक्र किया माड़ा जहा देखा फिर अखा मिट लिया पर समझा नहीं कि संतां ने अखा खोल के देखा बी कुछ तावनी है फिर गल चली तो दूजे बैठे बंद ने जो गिनमित के आए होंगे उस बंद बदनाम करने के लिए उन्हें दूजे बंद ने जिक्र कर दिता उस बंद का फिर संतां ने फिर अखा खोलिया अखा मीट के जाने अपने ध्यान च मगरों गलबात सुन फिर अखा खोलिया देखा
पर उन्हें फिर गौलिया करता संत देखना महापुरुषों का उन्हें फिर जो पहला बंदा सी उन्हें तीजे वाली फिर उस बंद ना लै दिता तो जो तीजे वाली ना लै दिता तो आख्या बड़ा माड़ा बंदा आया बड़ा जी वे आया जी आया उ कई गल कहती संत कहते भी जिन्ना मर्जी माड़ा हो पर है करमाला तीजे जो ना लिया फिर जवाब दिता कहते जिन्ना मर्जी माड़ा हो पर है करमा वाला महापुरुष कहिंदे सतसंग च बैठे आ गुरु नूं हाजर नाज समझ के बैठे आ गुरु दीआं गल्लां हो रहीआं सतसंग हो रहा आ उह जिहड़े बंदे दा नां सतसंग च लिया जा रहा करमाला तां ही लिया जा रहा ना तो जेड़े तुसी लै रहे हो माड़िया बिरतियां नाल तुसी सत्संग नहीं बैठे भी सत्संग नहीं बैठे ओ तुसी गुरु की गल करनी सी तुसी नाम की गल करनी सी तुसी गुरबाणी की गल करनी सी तुसी किहड़ियां गल्लां लैके बैठ गए तुहाडे कर्म खोटे ते जिहड़ा ना सत्संग च लिया जा रहा उहदे कर्म चंगे जी उहदी हाजरी लग गई जिहड़े बिरती वाले सात्विक बिरती वाले महापुरश हुंदे आ उह किसी की चुगली सुनते भी नहीं और इह गल महापुरशां नूं बिलकुल अपने हिरदे च वसा लैणी चाहीदी आ कि जे तुसी किसी की कई चुगली किसी के खिलाफ किसी की गैरराजी सुनते हो ना तो समझ लो कि तुहाडी अज तक तामसिक वृत्ति कायम है अंदरों कितना कितने कदरों जिनी मर्जी सेवा करी चलो जो मर्जी करी चलो तो जेड़े करते ने वह भी समझ लैन कि अपने बीजे हुए पुन कर्म आपे पट रहे और यह गल कल डेरेदार नहीं लागू होंगी घर परिवारों भी लागू होंगी है राज दरबार से भी लागू होंगी है तो सानू सारे अपने अपने हिरदे अंदर झाती मार के गल समझ लैनी चाहिए बेशक कोई किड्डा मर्जी वड्डा होवे किड्डा मर्जी वड्डा होवे किड्डा मर्जी बारो उहने बाणा पाया होवे किड्डा मर्जी बारो झूठी झूठी सो कॉल्ड निम्रता धारी बैठा होवे उहनूं इह गल समझ लैणी चाहीदी आ कि अपने बीजे होए पुन कर्मां दा नाश कर रहा इहदों वड्डा सतगुरु ने जिहड़ी सब तों ज्यादा माड़ी बीमारी कहा मनुख लई दारू भी इस समय दारू हैगा हाले कैंसर आखिरी स्टेज ते नहीं पहुंची होमे जिहड़ी इहो जी कैंसर रही जिहड़ी आखिरी स्टेज ते पहुंची होवे उहदा दारू नहीं होमे दीर्घ रोग आ वड्डा रोग आ बेशक पर उहदा दारू भी इसमाय दारू है स्वयमानता बना दो चंगे कमां लई वरतना शुरू कर दो सोमे स्वयमान बन जाएगी होमे दीर्घ रोग है दारू भी इसमाय दारू है पर सतगुर कहिंदे आ कि अवखद सभे कीतियां निंदक का दारू नहीं जिहड़ा निंदा करदा ना बंदा उहदा कोई इलाज नहीं जाएगा उहदा कोई इलाज नहीं जाएगा वह कैंसर उहदी आखिरी स्टेज ते पहुंच गई मरेगा मरेगा आत्मक जीवन मर चुका बंदा और जेड़ा बंदा कदी अपनी चुगलियों नूं अपनी प्राप्ति समझ लग पवे ना समझ लो कैंसर की आखिरी स्टेज ते आ आत्मक तौर दे उत्ते मरिया होया अंदरों मरिया होया ये गल्लां समझ लैणी चाहीदी ते मैं जिहड़ी गल कह रहा सी और सतगुरु ने गल कही भी उहनां दरबारियां ने बिलकुल इतिहास नूं पुट्ठा गेड़ा देता पूरी कौम नूं पूरे देश नूं पूरी भारतीय संस्कृति नूं खमियाजा भुगतना पिया उहनां ने निंदा चुगलिया सतगुरु ने गुरबाणी जिहड़ी गल कही मैनूं जी करता इस सब्जेक्ट बहुत वड्डा आ पर थोड़ी जी गल कर लवां अगे गुरबाणी दे विच ना गुरु अर्जन देव पातशाह दा बिलावल राग दे विच शब्द है चुकना दे नहीं किसे नूं जिहड़ी किसे दी चुगली करनी निंदा दा ही इक हिस्सा आया थोड़ा जिहा फर्क आ पर निंदा दा हिस्सा आ ते सतगुरु कहिंदे निंदक ऐसे ही झर परिए बिलावल राग च गुरु अर्जन देव पातशाह दा शब्द आ श्री गुरु ग्रंथ साहिब दे बिलावल राग च निंदक ऐसे ही झर परिए ਇਹ ਨਿਸ਼ਾਨੀ ਸੁਣੋ ਤੁਮ ਭਾਈ ਜੋ ਕੱਲ ਰਭੀਤ ਗਿਰੀਏ ਰਹਾਓ ਕਹਿੰਦੇ ਨਿੰਦਕ ਜਿਹੜਾ ਨਿੰਦਾ ਕਰਦਾ ਨਾ ਕਿਉਂਕਿ ਉਹਦਾ ਇਲਾਜ ਕੋਈ ਨਹੀਂ ਹੈਗਾ ਕੈਂਸਰ ਦੀ ਆਖਰੀ ਸਟੇਜ ਵਾਲੀ ਗੱਲ ਉਧਾਰ ਦੇਣੀ ਹੋਵੇ ਤਾਂ ਕਹਿੰਦੇ ਨਿੰਦਕ ਐਸੇ ਹੀ ਝਰ ਭਰੀਏ ਉਹਨੇ ਡਿੱਗ ਪੈਣਾ ਉਹਨੇ ਟੁੱਟ ਜਾਣਾ ਉਹਨੇ ਖਤਮ ਹੋ ਜਾਣਾ ਖਤਮ ਹੋਇਆ ਹੀ ਹੋਇਆ ਕਿੱਦਾਂ ਕਿਉਂ ਖਤਮ ਹੋਇਆ ਇਹ ਨਿਸ਼ਾਨੀ ਸੁਣੋ ਤੂੰ ਭਾਈ ਜੋ ਕੱਲ ਰਭੀਤ ਗਿਰੀਏ ਕਿ ਜਿਵੇਂ ਰੇਤਾ ਦੀ ਕੰਧ ਨੇ ਕਲਰ ਰੇਤ ਦੀ ਕੰਧ ਜਿੰਨੇ ਟਿਕਣਾ ਨਹੀਂ ਹੁੰਦਾ ਉਹਨੇ ਡਿੱਗ ਹੀ ਪੈਣਾ ਜਿੰਨੀ ਮਰਜ਼ੀ ਖੜੀ ਕਰ ਲਓ ਜਦੋਂ ਉਹਨੂੰ ਆਪਦੇ ਵਾਲੇ ਤਖਤੇ ਦਾਓਗੇ ਉਹਨੇ ਡਿੱਗ ਪੈਣਾ ਜਿੱਦਾਂ ਕਲਰ ਦੀ ਰੇਤ ਦੀ ਕੰਧ ਖੜੀ ਕੀਤੀ ਉਹੋ ਜਿਹਾ ਨਿੰਦਕ ਦਾ ਜੀਵਨ ਹੁੰਦਾ ਜੀ ਜੀ ਨਿੰਦਕ ਐਸੇ ਹੀ ਝਰ ਭਰੀਏ ਇਹ ਨਿਸ਼ਾਨੀ ਸੁਣੋ ਤੂੰ ਭਾਈ ਜੋ ਕੱਲ ਰਭੀਤ ਗਿਰੀਏ ਰਹਾਓ ਇਹ ਸ਼ਬਦ ਦਾ ਜਿਹੜਾ ਪੂਰਾ ਪੂਰਾ ਰਹਾਓ ਵਾਲੇ ਪੰਕਤੀ ਦੇ ਵਿੱਚ ਪੂਰਾ ਕੇਂਦਰੀ ਭਾਵ ਹੁੰਦਾ
कि निंदक मरिया होया समझो, निंदक डिग्या होया समझो, निंदक खत्म होया होया समझो, अंदरों मरिया होया आत्म जीवे जीवन, क्योंकि जिदा कलर की कंध होंगी उदा की जिंदगी डिगी हूं डिगी हूं डिगी तो कहते बिरती की होंगी निंदक की जो शिदर तो निंदक उमाहे जो देखे शिदर तो निंदक उमाहे जो किसी की माड़ी चीज देखता ना वो खुश हों जे किसी की माड़ी चीज देख के किसी का औगुण देख के तुम खुशी आती है तो समझ लो ताड़ी बिरती निंदक वाली है जो देखे शिदर तो निंदक उमाहे भलो देख दुख भरीए तो जे किसी ने कोई चंगी गल कर दी है चंगा काम कर दिता कि वाहवा खिटने वाले काम कर दिता तो उदो दुख दुख महसूस कहता है मैं दस नहीं सी चंगा करूंगा उन्हें चंगा कर लिया और ये जी बिरती है निंदक की बिरती यही होंगी कि जे किसी का चंगा देखता है तो फिर दुख मना जे किसी का माड़ा देखता तो फिर खुश होंगे खुश होंगे हाँ जी जो देखे शिदर तो निंदक माहे पलो देख दुख भरिए आठ पैर चितवे नहीं पहुंचे बुरा चित बुत मरिए कि जो ने आप सोचा हुंदा पूरा नहीं हुंदा दूजा का बुरा चितवदा चितवदा माड़ा चितवदा चितवदा अपना आत्मिक जीवन खराब कर लैंदा अपने मन का टकाव बनता नहीं हमेशा दूजे का बुरा चित कर निंदक प्रभु बुलाया पे सतगुरु कहते भी निंदक प्रभु बुलाया प्रभु ने आप ही बुलाया है प्रभु नहीं चाहता कि वह चंगे रस्ते चले निंदक प्रभु भुलाया काल नेड़े आया क्योंकि वो आत्मक जीवन जोड़ा मौत नेड़े आ गई काल नेड़े आया हर जन स्यों बाद उठरीए कि जे परमात्मा का नाम लैन वाले जे चंगा करने वाले जिन्हों को भले गुण है उन्होंने नाल ही वाद विवाद लैके बह जाता बिना किसी कारण तो फायदा भी कोई नहीं हों पर उन्होंने वाद विवाद लैके बह जाता है हर जन स्यों बाद उठरीए नानका राखा आप प्रभ स्वामी क्या मानस बपरो करिए पर जे रब का नाम लैन वाले उन्होंने राखा तो प्रभु उन्होंने विगड़ता कुछ नहीं निंदक का सवर का कुछ नहीं ये जी सतगुरु ने ना चेतावनी दी हुई है सिख निंदा तो बचा रहे हाँ जी हाँ जी मैंने एक शब्द होर पर कई बार ऐसा होता भी जी सू पता भी होंगे समझ भी होंगी पर असं वह चीजा फिर करी जा रहे और वार वार सतगुरु जो कहें वार वार कहते समझाने लई कहते एक मन ने समझना नहीं तो जे असं सुन के समझना नहीं अपने जीवन च ढालना नहीं तो सुने का भी कोई फायदा नहीं हाँ जी शब्द होर ज्यादा जी जी निंदक की बत्ती कहते जो निंदक हों हाँ जी वह चंगे पुरशा वैर करता गुणा ना कहता संतान वैर कमा दुष्टा नाल मोह प्यार प्यार हाँ जी वह माड़े लोग बंदे की सिफत करेगा निंदक बिरती वाला बंदा चुगलखोर हमेशा चुगलखोर की सिफत करेगा उन्हें पता होंगे मैं जो प्राप्ति की चुगली नाल की तो उन्हें चुगलखोर की सिफत करने का उन्हें साथ दिता बाकी किसी ने दिता नहीं निंदक जिहड़ा बंदा हुंदा निंदक जिहड़ा हुंदा आ संतान नाल वैर कमाउंदे जिहड़े चंगे गुणा वाले लोग उन्हां नाल वैर कमाउंदे आ दुष्टा नाल मोह प्यार उन्हां दा दुष्टा नाल मोह प्यार हुंदा हां जी दुष्टा नाल मोह प्यार अगे पिछे सुख नहीं उन्हां दे ना अगे सुख हुंदा ना गांह सुख हुंदा ना पिछे सुख हुंदा उह अपनी जिंदगी देख लैण कि सरमाया ही सुख थोड़ा हुंदा हां जी हां जी कहिंदे दुनिया दे साधन ही सुख थोड़ा हुंदे आ तुहाडी मन दी प्रति टिका किन्ना कु है बिल्कुल बिल्कुल सब तों वड्डा सुख किन्नी कु वधिया नींद सौ सकदे हो हां जी अगे पिछे सुख नहीं मर जमे वारो वार रोज रोज मरते हैं तो रोज रोज जमदे रोज रोज मरते तो रोज रोज जमदे जींदे जी मरते पता नहीं कितनी बार आत्मक मौतें मरते हैं कितनी बार लोगों को बेइज्जतियां भी कराते आले दुआले अपन बिरतियां करके पर समझ फिर नहीं आती संतां नाल वैर कमाउंदे दुष्टां नाल मोह प्यार अगे पिछे सुख नहीं मर जमे वारो वार तृष्णा कदे ना बुझी उन्होंने तृष्णा नहीं बुझती तृष्णा की बिरती पता की है ना बुझन की गल सतगुरु ने ता कही है जे बंदे को दस रुपए तो मैं सौ चाहिए जे बंदे को सौ आ गया मैं हजार चाहिए जे हजार आ गया कहना दस हजार चाहिए दस हजार आ गया कहना लख चाहिए जे लख आ गया तो कहना करोड़ चाहिए करोड़ आ गया तो कहना अरब चाहिए जो कुछ तुहाडे कोल हैगा उदू दस गुणा ज्यादा चाहिए तुहानू इह तृष्णा आ जी 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 कई कई वड्डियां वड्डियां जायदादां दे मालक बन के भी जे तुहाडे अंदर संतुष्टि नहीं आई निक्की निक्की गल ते तुसीं मरदे फिरदे ते समझ लो तुहाडी बिरती निंदक वाली जी जी ओ किते दा किते दा टिक जाईए इह सतगुरु दी समझाउणी वार वार ते किसे इक मनुख ने नहीं साडे सारिआं लई आ ते जे आपां किते राज भाग दे मालक बनना जे किते कौम ने किते तरक्की करनी आ जे किते चाहुंदे कौम तरक्की करे ते सानूं सारिआं नूं अपनीआं बिरतीआं जिहड़ीआं तरक्की करनी पऊगी ओह मनुख दी सिरजणा होएगी जिहड़ा राज करन दे काबल है तां ही कौमां दा राज पैदा होएगा त्रिशरा करे ना बुझी दुबदा होए खुआर कदी कदी दुबदा च पै जाते मैं भला कर लवा
ਪਰ ਫਿਰ ਬਿਰਤੀ ਖਿੱਚ ਕੇ ਲੈ ਜਾਂਦੀ ਨਿੰਦਕ ਵਾਲੀ ਬਿਰਤੀ ਨਹੀਂ ਨਹੀਂ ਮੇਰਾ ਤਾਂ ਪੈਸਾ ਘੱਟ ਜੂਗਾ ਮੇਰਾ ਸਰਮਾਇਆ ਘੱਟ ਜੂਗਾ ਮੇਰਾ ਤਾਂ ਨੁਕਸਾਨ ਜੀ ਉਹ ਦੁਬਦਾ ਜਿਹੜੀ ਉਹਨਾਂ ਨੂੰ ਖੁਆਰ ਹਮੇਸ਼ਾ ਕਰਦੀ ਰਹਿੰਦੀ ਆ ਕਦੀ ਕਦੀ ਚੰਗੀ ਬਿਰਤੀ ਵੀ ਜਾਗਦੀ ਆ ਗੁਰੂ ਦਾ ਉਪਦੇਸ਼ ਸੁਣ ਕੇ ਸੰਤਾਂ ਦੀ ਸੰਗਤ ਕਰਕੇ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਚੰਗੇ ਬੰਦਿਆਂ ਕੋਲ ਬੈਠ ਕੇ ਚੰਗੀਆਂ ਗੱਲਾਂ ਸੁਣ ਕੇ ਪਰ ਦੁਬਦਾ ਹੋਏ ਖੁਆਰ ਪਰ ਦੁਬਦਾ ਉਹਨਾਂ ਨੂੰ ਫੇਰ ਖੁਆਰ ਕਰਨ ਦੀ ਤ੍ਰਿਸ਼ਨਾ ਕਦੇ ਨਾ ਤ੍ਰਿਸ਼ਨਾ ਕਦੇ ਨਾ ਬੁੱਝੀ ਦੁਬਦਾ ਹੋਏ ਖੁਆਰ ਮੂੰਹ ਕਾਲੇ ਤੇ ਨਾ ਨਿੰਦਕਾ ਤੇ ਸੱਚੇ ਦਰਬਾਰ ਤੇ ਕਹਿੰਦੇ ਸਤਿਗੁਰੂ ਕਹਿੰਦੇ ਸੱਚੇ ਦਰਬਾਰ 'ਚ ਜਾ ਕੇ ਉਸ ਅਕਾਲ ਪੁਰਖ ਦੇ ਦਰਬਾਰ 'ਚ ਜਾ ਕੇ ਉਹਨਾਂ ਦੇ ਮੂੰਹ ਕਾਲੇ ਹੀ ਰਹਿਣੇ ਆ ਜੋ ਮਰਜ਼ੀ ਆਪਣੇ ਮੂੰਹ ਕਹਿੰਦੇ ਰਹਿਣ ਮੂੰਹ ਕਾਲੇ ਤੇ ਨਾ ਨਿੰਦਕਾ ਤੇ ਸੱਚੇ ਦਰਬਾਰ ਨਾਨਕ ਨਾਮ ਵਾਹ ਵਿਹੂਣਿਆ ਨਾ ਉਰਵਾਰ ਨਾ ਪਾਉਣ ਮੂੰਹ ਜਿੰਨਾ ਮਰਜ਼ੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਰਹੋ ਪਰ ਨਾਮ ਅੰਦਰ ਨਹੀਂ ਵਸਣਾ ਜਦ ਤੱਕ ਨਿੰਦਕ ਦੀ ਬਿਰਤੀ ਆ ਨਾ ਉਰਵਾਰ ਨਾ ਪਾ ਨਾ ਇੱਥੇ ਦੇ ਨਾ ਉੱਥੇ ਦੇ ਸੋ ਇਹ ਜਿਹੜੀ ਬਿਰਤੀ ਆ ਇਹ ਬਿਰਤੀ ਜਿਹੜੇ ਰਾਜ ਦਰਬਾਰੀਆਂ ਚਾਹ ਚੁੱਕੀ ਹੋਈ ਸੀ ਉਹਨਾਂ ਰਾਜ ਦਰਬਾਰੀਆਂ ਦੀ ਇਸ ਬਿਰਤੀ ਨੇ ਜੀ ਰਾਜ ਦਰਬਾਰ ਨੂੰ ਪਹਾੜੀ ਰਾਜਿਆਂ ਨੂੰ ਇਕੱਠੇ ਕੀਤਾ ਆਪਣੇ ਸਵਾਰਥ ਲਈ ਕਿ ਆਪਾਂ ਆਨੰਦਪੁਰ ਤੇ ਹਮਲਾਵਰ ਹੋ ਜਾਈਏ ਤੇ ਜਦੋਂ ਹਮਲਾਵਰ ਹੋਣ ਦੀ ਬਿਰਤੀ ਬਣ ਗਈ ਪੂਰੀ ਦੀ ਪੂਰੀ ਜਦੋਂ ਬਿਰਤੀ ਬਣ ਗਈ ਪੂਰੀ ਦੀ ਪੂਰੀ ਜਦੋਂ ਬਿਰਤੀ ਬਣ ਗਈ ਪੂਰੀ ਦੀ ਪੂਰੀ ਉਦੋਂ ਬਾਅਦ ਜਦੋਂ ਤੁਹਾਡੇ ਅੰਦਰ ਬਿਰਤੀਆਂ ਬਣਦੀਆਂ ਉਦੋਂ ਬਾਅਦ ਬਹਾਨੇ ਫਿਰ ਲੱਭ ਹੀ ਪੈਂਦੇ ਆ ਤੇ ਉਹਨਾਂ ਨੇ ਬਹਾਨੇ ਲੱਭਣੇ ਸ਼ੁਰੂ ਕਰ ਦਿੱਤੇ ਜੀ ਤੁਸੀਂ ਕਿਹਾ ਵੀ ਗੱਲ ਕੀ ਬਣੀ ਉਹ ਜਿਹੜੇ ਉਹਨਾਂ ਨੇ ਬਹਾਨੇ ਲੱਭਣੇ ਸ਼ੁਰੂ ਕੀਤੇ ਉਹਨਾਂ ਚ ਦੇਖੋ ਪਹਿਲਾਂ ਬਹਾਨੇ ਤਾਂ ਪਹਿਲਾਂ ਹੈਗੇ ਹੀ ਸੀਗੇ ਦੇਖੋ ਜੀ ਆਨੰਦਪੁਰ ਨੇ ਜਦੋਂ ਪਰਮਾਨੰਦ ਬੈਠਾ ਸੀ ਆਪਣੇ ਆਲੇ ਦੁਆਲੇ ਵਾਲੀ ਕਹਿਲੂਰ ਦਾਸ ਦੀ ਜ਼ਮੀਨ ਸੀ ਉਹਦੇ ਬਾਅਦ ਖੇਤੀ ਕਰਨੀ ਸ਼ੁਰੂ ਕਰਤੀ ਹਾਲੇ ਕਿ ਜ਼ਮੀਨ ਉਜਾੜ ਪਈ ਸੀ ਉਸ ਸਮੇਂ ਦਾ ਇਹ ਦਸਤੂਰ ਸੀ ਕਿ ਜਦੋਂ ਉਜਾੜ ਪਈ ਜ਼ਮੀਨ ਨੂੰ ਜਿਹੜਾ ਵੀ ਮਨੁੱਖ ਵਾੜਵੇ ਉਹ ਜ਼ਮੀਨ ਉਹਦੀ ਗਿਣੀ ਜਾਂਦੀ ਸੀ ਰਾਜ ਦਰਬਾਰ ਉਹਦੇ ਨਾਂ 'ਤੇ ਪੜਾ ਲਿਖ ਦਿੰਦਾ ਹੁੰਦਾ ਸੀ ਕਿ ਤੂੰ ਉਜਾੜ ਪਈ ਜ਼ਮੀਨ ਨੂੰ ਵਸਾਇਆ ਤੂੰ ਇਸ ਅਵਾਰਡ ਦਾ ਹੱਕਦਾਰ ਆ ਇਹ ਜ਼ਮੀਨ ਦਾ ਹੱਕਦਾਰ ਆ ਕਿ ਇਹਦੇ 'ਚੋਂ ਤੁਸੀਂ ਕੋਈ ਫਸਲ ਉਗਾ ਕੇ ਕੋਈ ਕਣਕ ਉਗਾਈ ਕੋਈ ਮੱਕੀ ਉਗਾਈ ਕੋਈ ਸਬਜ਼ੀ ਉਗਾਈ ਕੋਈ ਦਾਲ ਉਗਾਈ ਜਿਹੜੀ ਲੋਕਾਂ ਦੇ ਮੂੰਹ 'ਚ ਪਈ ਅਤੇ ਇਸ ਕਰਕੇ ਤੂੰ ਉਹਦਾ ਹੱਕਦਾਰ ਪਟਾ ਲਿਖ ਦਿੱਤਾ ਜਾਂਦਾ ਪਰ ਇਹ ਬਹਾਨੇ ਪੈ ਸੀਗੇ ਕਿ ਆਲੇ ਦੁਆਲੇ ਜੀ ਆਨੰਦਪੁਰ ਨੇ ਤਾਂ ਆਲੇ ਦੁਆਲੇ ਕੈਲੂਰ ਦੇ ਰਸਤਾ ਦੀ ਕਬਜ਼ਾ ਕਰ ਲਿਆ ਇਹ ਵੀ ਬਹਾਨੇ ਪੈ ਸੀ ਕਿ ਚਰਾਗਾਹਾਂ ਜਿਹੜੀਆਂ ਆ ਉਹਨਾਂ ਦੇ ਉੱਤੇ ਜੀ ਆਨੰਦਪੁਰ ਦੇਖੋ ਜੀ ਚਰਾਗਾਹ ਕਹਿਲੂਰ ਰਿਆਸ ਦੀਆਂ ਘੋੜੇ ਊਠ ਹਾਥੀ ਮੱਝਾਂ ਗਾਵਾਂ ਆ ਕੇ ਆਨੰਦਪੁਰ ਦੀਆਂ ਚਰਦੀਆਂ ਉਹ ਦੁੱਧ ਉੱਧਰ ਜਾ ਕੇ ਉਹ ਚਾਹੁੰਦੇ ਆ ਤੇ ਪਾਉਂਦੀ ਇਹਨਾਂ ਚਰਾਗਾਹਾਂ ਦੇ ਸਤੀ ਇਹ ਵੀ ਇੱਕ ਬਹਾਨੇ ਪੈ ਸੀਗੇ ਇਹ ਵੀ ਬਹਾਨੇ ਪੈ ਸੀਗੇ ਕਿ ਜੰਗਲ ਚ ਸਿੰਘ ਆਉਂਦੇ ਆ ਤੇ ਲੱਕੜੀਆਂ ਕੱਟ ਕੇ ਲੈ ਜਾਂਦੇ ਆ ਹਾਲੇ ਕਿ ਜੰਗਲ ਉਜਾੜ ਨਹੀਂ ਸੀ ਦਾ ਸਿੰਘ ਜੰਗਲ ਵਸਾ ਰਹੇ ਸੀਗੇ ਉਹ ਆਉਂਦੇ ਆ ਗੁਰੂ ਸਾਹਿਬ ਦੇ ਤੇ ਦੇਖੋ ਸ਼ਿਕਾਰ ਮਾਰ ਕੇ ਲੈ ਜਾਂਦੇ ਆ ਇੱਥੋਂ ਸ਼ਿਕਾਰ ਮਾਰ ਕੇ ਲੈ ਜਾਂਦੇ ਜੰਗਲਾਂ ਚੋਂ ਹਾਲੇ ਕਿ ਆਦਮਖੋਰ ਜੀਵਾਂ ਦਾ ਸ਼ਿਕਾਰ ਕੀਤਾ ਜਿਹਦਾ ਆਮ ਲੋਕਾਂ ਨੂੰ ਫਾਇਦਾ ਸੀਗਾ ਪਰ ਜਦੋਂ ਬਹਾਨੇ ਘੜਨੇ ਹੋਣ ਜਦੋਂ ਕਿਸੇ ਨਾਲ ਲੜਨਾ ਹੀ ਜਦੋਂ ਬਿਰਤੀ ਮਾੜੀ ਬਣ ਜਾਏ ਤੇ ਉਦੋਂ ਬਹਾਨੇ ਘੜਨੇ ਜਿਹੜੇ ਆ ਉਹ ਬਹੁਤ ਵੱਡੀ ਗੱਲ ਨਹੀਂ ਨਿੱਕੇ ਨਿੱਕੇ ਗੱਲਾਂ ਦੇ ਬਹਾਨੇ ਸੋ ਬਹਾਨੇ ਘੜਨੇ ਸ਼ੁਰੂ ਕਰ ਦਿੱਤੇ ਤੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਗਏ ਤੇ ਉਹ ਬਹਾਨਿਆਂ ਨੂੰ ਬਣਾ ਕੇ ਲੜਾਈ ਦਾ ਪੱਜ ਛੇੜਨ ਦੇ ਲਈ ਪਹਾੜੀ ਰਿਆਸਤਾਂ ਨੇ ਆਪਣੀ ਸਾਰੀ ਜਿਹੜੀ ਨਾ ਤਾਕਤ ਕਰਕੇ ਦੇਖੀ ਕੇਂਦਰ ਤੋਂ ਬਾਈ ਤਰ ਦੇ ਰਾਜਾਂ ਨੇ ਮੀਟਿੰਗਾਂ ਕੀਤੀਆਂ ਇਕੱਤਰਤਾਵਾਂ ਕੀਤੀਆਂ ਕੇਂਦਰਿਤ ਕਰਕੇ ਦੇਖੀ ਇਹ ਗੱਲ ਕਹੀ ਕਿ ਸਾਡੀ ਤਾਕਤ ਤਾਂ ਆਨੰਦਪੁਰ ਨਾਲ ਬਹੁਤ ਜ਼ਿਆਦਾ ਆ ਅਸੀਂ ਤਾਂ ਸਾਰੀਆਂ ਰਿਆਸਤਾਂ ਦੀਆਂ ਫੌਜਾਂ ਜੋੜ ਕੇ ਤਕਰੀਬਨ 1,00,000 ਫੌਜ ਬਣ ਜਾਂਦੇ ਹਾਂ ਭਾਵੇਂ ਬਾਈਧਾਰ ਦੀਆਂ ਰਿਆਸਤਾਂ ਜਿਹੜੀਆਂ ਵੱਖ ਵੱਖ ਰਿਆਸਤਾਂ ਭਾਵੇਂ ਇਹਨਾਂ ਦੇ ਤੁਸੀਂ ਕਿਸੇ ਦੇ 5,000 ਬੰਦਾ ਕਿਸੇ ਦਾ 2,000 ਬੰਦਾ ਕਿਸੇ ਦਾ 4,000 ਬੰਦਾ ਕਿਸੇ ਦਾ 10,000 ਵੀ ਵੱਡੀਆਂ ਫੌਜਾਂ ਵਾਲਾ ਇਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਜਦੋਂ ਅਸੀਂ ਜੋੜਾਂਗੇ ਤਾਂ ਸਾਡੀ ਫੌਜਾਂ ਦੀ ਗਿਣਤੀ 1,00,000 ਤੋਂ ਉੱਤੇ ਜਾਣੀ ਫੌਜ ਰਿਆਸਤਾਂ ਦੀ ਰਾਖੀ ਦੀ ਫੌਜ ਛੱਡ ਕੇ ਬਾਕੀ ਜਿਹੜੀ ਫੌਜ ਅਸੀਂ ਸਰਪਲਸ ਕਰ ਸਕਦੇ ਹਾਂ ਜਿਹੜੀ ਆਨੰਦਪੁਰ 'ਤੇ ਜਾ ਕੇ ਹਮਲਾਵਰ ਹੋਵੇ ਉਹ ਅਸੀਂ 1,00,000 ਤੋਂ ਉੱਤੇ ਫੌਜ ਸਰਪਲਸ ਕਰ ਸਕਦੇ ਹਾਂ ਇਕੱਠੇ ਹੋ ਕੇ ਉਹਨਾਂ ਨੇ ਇਹ ਵੀ ਗਿਣਤੀ ਬਿਨਤੀ ਕਰ ਲਈ ਤੇ ਜਦੋਂ ਆਪਣੀ ਤਾਕਤ ਉਹਨਾਂ ਨੂੰ ਲੱਗਣ ਲੱਗ ਪਈ ਵੱਡੀ ਆ ਅਸੀਂ ਵੱਡੇ ਹਾਂ ਹਾਂਜੀ ਹਾਂਜੀ ਅਸੀਂ ਵੱਡੇ ਆ ਸਾਡੀ ਤਾਕਤ ਵੱਡੀ ਆ ਤੇ ਆਨੰਦਪੁਰ 'ਚ ਉਹਨਾਂ ਦੇਖ ਲਿਆ ਉੱਥੇ ਕਿੰਨੇ ਕੁ ਸਿੰਘ ਆ ਜੀ 5-7,000 ਉਹਨਾਂ ਨੇ ਵੀ ਅੰਦਾਜ਼ੇ ਲਾਉਣੇ ਸ਼ੁਰੂ ਕਰਤੇ ਕਿ 5-7,000 ਨੂੰ 1,00,000 ਨਾਲ ਦਵਾਉਣਾ ਸੌਖਾ ਪਰ ਜੇ ਕਿਤੇ ਉੱਥੇ 1,00,000 ਹੋ ਗਿਆ ਹਾਂਜੀ ਤੇ ਫਿਰ ਦਵਾਇਆ ਨਹੀਂ ਜਾਣਾ ਕਿਉਂਕਿ ਸਾਡੀ ਤਾਕਤ ਸਾਡੀ 1,00,000 ਆ ਤੇ ਇਹ ਸੈਂਕੜਿਆਂ ਨੇ ਹਜ਼ਾਰ ਹਰਾਏ ਹੋਏ ਆ ਪਰ ਹਜ਼ਾਰਾਂ ਮਿਲ ਕੇ 1,00,000 ਨੂੰ ਕਿੱਦਾਂ ਹਰਾਉਣਗੇ ਸੋ 1,00,000 ਇਕੱਠਾ ਕਰੀਏ ਇਹ ਤਿਆਰੀਆਂ ਵਿੱਢਣੀਆਂ ਸ਼ੁਰੂ ਕਰ ਦਿੱਤੀਆਂ ਆਪਣਾ ਰਾਜ ਜਿਹੜਾ ਭੇਜਿਆ ਹੋਇਆ ਰਾਜਦੂਤ ਜਿਹੜਾ ਭੇਜਿਆ ਸੀ ਉਹ ਸੱਦ ਲਿਆ ਗਿਆ ਔਰ ਬਹਾਨੇ ਘੜਨੇ ਸ਼ੁਰੂ ਕਰ ਦਿੱਤੇ ਗਏ ਚਰਾਗਾਹਾਂ ਜਿੱਥੇ ਸਤਿਗੁਰ ਦੇ ਜਾਣੀ ਕਿ ਘੋੜੇ ਆ ਕੇ ਚਰਿਆ ਕਰਦੇ ਸਨ ਜਿੱਥੇ ਆ ਕੇ ਸਿੰਘਾਂ ਦੇ ਘੋੜੇ ਚਰਿਆ ਕਰਦੇ ਸਨ ਜਿੱਥੇ ਮੱਝਾਂ ਦੇ ਗਾਵਾਂ ਚਰਿਆ ਕਰਦੀਆਂ ਸਨ ਉਹਨਾਂ ਚਰਾਗਾਹਾਂ ਦੇ ਨੇੜੇ ਨੇੜੇ ਚੌਂਕੀਆਂ ਬਣਾ ਦਿੱਤੀਆਂ ਗਈਆਂ ਲਿਆ ਕੇ ਤਾਂ ਕਿ ਇਹਨਾਂ ਨੂੰ ਚਰਨ ਤੋਂ ਰੋਕਿਆ ਜਾ ਸਕੇ ਸੋ ਉਹ ਜਿਹੜੇ ਬਹਾਨੇ ਘੜਨੇ ਸ਼ੁਰੂ ਕਰ ਦਿੱਤੇ ਗਏ ਔਰ ਜੰਗ ਦੇ ਲਈ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਔਰ ਜੰਗਲ ਦੇ ਵਿੱਚ ਕਹਿਤਾ ਕਿ ਜੰਗਲ ਸਾਡਾ ਆ ਖਬਰਦਾਰ ਅਸੀਂ ਸ਼ਿਕਾਰ ਕਰਨ ਆਏ ਤਾਂ ਉਹਦੇ ਲਈ ਵੱਖਰੇ ਤੌਰ 'ਤੇ ਇੰਤਜ਼ਾਮ ਕੀਤਾ ਗਿਆ ਅਤੇ ਇਹ ਸੋ ਬਹਾਨੇਬਾਜ਼ੀ ਜਿਹੜੀ ਸੀ
शुरू हो गई, तैयारी शुरू हो गई, पूरी तैयारी शुरू करके फिर बाद चो मौका हम भाल रहे कि सतगुरु कदों जंगल वाले बल्ले आन ते कदों सारा कुछ करिए मेरे ख्याल समा ने हो गया प्रसंग ना शुरू करिए अगले एपीसोड च करांगे जी। वीर जी बहुत बहुत धन्यवाद कि तुसी बड़े प्यार सत्कार दे नाल संगतां दे नाल जिहड़ी आ अज दे एपीसोड विच गुरु साहब जी की सोच कह लिए उहदी सांझ पाई कि जिहड़ी चीज़ तो गुरु साहब जी ने सानू मना किया निंदा चुगली जिहड़ी आ उह किसे दा तां नुकसान करदी है तुहाडे सुख भी जिहड़े उह चुग लैंदी जिद्दां कहिंदे कि ना चुगली तो तुहाडे घर दे सुख साधन भी चुग लैंदी है। सो इन्हां चीज़ां तो गुरेज़ करना चाहिए। चुगलखोर चाहे वह कौम च होवे चाहे घर च होवे ये नुकसान ही करता है। प्रोग्राम करदे आ अगर साढ़े को कोई गलती हो गई होवे दोवें हाथ जोड़ के असीं तुहाडे कोलों माफ़ी मांगदे आ। इत्थे ही फतेह बुलाउंदे आ वाहिगुरू जी का खालसा वाहिगुरू जी की फतेह। ते शिवा पर मोहे है शुभ कर्मन ते कभो ना डरूं, न डरूं और सोच अब चाय लड़ूं निश्चय कर अपनी जीत करूं।